ਜੀ ਕਹਿੰਦੇ ਸਰਦਾਰੀ ਵੀ ਕਾਇਮ ਹੈ ਹਿੰਮਤਪੁਰੇ ਦੇ ਕਹਿੰਦੇ ਜੰਬੋ ਜੱਟ ਵਰਗਾ ਸਰੀਰ ਹੈ ਨੌਜਵਾਨ ਧਾਵੀ ਦਾ ਮੇਰੇ ਪੰਜਾਬੀ ਵੀਰੋ ਇਹ ਆ ਕਹਿੰਦੇ ਬਲਰਾਜ ਸਿੰਘ ਚੀਮਿਆਂ ਵਾਲਾ ਹੈ ਇੱਕ ਕਹਿੰਦੇ ਜ਼ਿਲ੍ਹੇ ਲੁਧਿਆਣੇ ਦਾ ਮਾਣ ਹੈ ਮੇਰੇ ਵੀਰੋ ਮੰਡੀ ਅਹਿਮਦਗੜ੍ਹ ਦੇ ਲਾਗੇ ਕਹਿੰਦੇ ਜੰਡ ਪਿੰਡ ਹੈ ਜਿਹੜੇ ਪਿੰਡ ਦਾ ਬਲਰਾਜ ਸਿੰਘ ਬਾਜੀ ਕਹਿੰਦੇ ਬੜਾ ਮਸ਼ਹੂਰ ਰਿਹਾ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਜੰਡ ਕਿ ਜਿੱਥੋਂ ਦਾ ਇੱਕ ਬਾਜੀ ਸੁਣੀ ਦਾ ਜਿਹੜਾ ਫਾਟਕ ਕਰ ਦਿੰਦਾ ਰੇਡਰਾਂ ਦੇ ਬੰਦ ਕਦੇ ਜੰਡ ਵਾਲੇ ਬਾਜੀ ਦੇ ਜੱਫਿਆਂ ਦੀ ਗੱਲ ਤੇ ਇੱਧਰ ਖੇਡ ਮੈਦਾਨ ਦੇ ਵਿੱਚ ਨੌਜਵਾਨ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਆ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਚਾਰ ਜਾਫੀ ਸ਼ਾਹਪੁਰ ਪਿੰਡ ਦੀ ਸਟਾਪ ਲਾਈਨ ਤੇ ਚੀਮਿਆਂ ਪਿੰਡ ਦਾ ਕਹਿੰਦੇ ਨੌਜਵਾਨ ਇਸ ਵੇਲੇ ਪਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਲੱਖਾ ਕਹਿੰਦੇ ਜਦ ਲੀਗ ਦੇ ਵਿੱਚ ਜੱਫੇ ਲਾਉਂਦਾ ਸੀ ਤੇ ਜਿਹੜੀ ਕਮੈਂਟਰੀ ਕਰਦੀ ਸੀ ਅੰਜਮ ਚੋਪੜਾ ਉਹਨੇ ਵੀ ਕਹਿੰਦੇ ਲੱਖੇ ਦੀ ਜਿਹੜੀ ਸਿਫਤ ਤੋਂ ਰੱਜ ਕੇ ਕੀਤੀ ਆ ਕਿਉਂਕਿ ਹਰ ਮੈਚ ਦੇ ਵਿੱਚ ਲੱਖੇ ਦੇ ਜਿਹੜੇ ਵਾਲਾਂ ਦਾ ਸਟਾਈਲ ਉਹ ਵੱਖਰਾ ਹੁੰਦਾ ਸੀ ਕਿਉਂਕਿ ਸਿੱਖੀ ਤੋਂ ਅਸੀਂ ਥੋੜਾ ਦੂਰ ਜਾ ਰਹੇ ਹਾਂ ਭਾਵੇਂ ਮੇਰੇ ਆਪਣੇ ਸਿਰ ਤੇ ਬਾਲ ਨਹੀਂ ਪਰ ਮੇਰੀ ਬੇਨਤੀ ਆ ਵੀ ਜਿਹੜੇ ਨੌਜਵਾਨ ਆ ਵੀ ਜੇਕਰ ਆਪਾਂ ਸਿੱਖੀ ਸੰਭਾਲੀਏ ਤਾਂ ਉਹਦੇ ਵਰਗੀ ਰੀਸ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਸਿੱਖੀ ਤੇ ਮਾਲਕ ਦੀ ਮਿਹਰ ਹੋਈ ਤੇ ਅਸੀਂ ਵੀ ਜ਼ਰੂਰ ਵਾਪਸ ਆਵਾਂਗੇ ਤੇ ਬੱਬੂ ਖੰਨੇ ਵਾਲਾ ਸਾਡਾ ਵੀਰ ਸਿੱਖ ਸਰਦਾਰ ਆ ਬਹੁਤ ਬਹੁਤ ਮੁਬਾਰਕਬਾਦ ਆ ਬੱਬੂ ਵੀ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਅੰਮ੍ਰਿਤਧਾਰੀ ਹੋਣ ਜਾ ਰਿਹਾ ਤੇ ਇੱਧਰ ਨੌਜਵਾਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਵੀ ਬਲਰਾਜ ਕਬੱਡੀ ਪਾ ਰਿਹਾ ਹਾਂ ਵੀ ਪਿੰਦਿਆ ਬਈ ਪੂਨੀਆ ਰੇੜਮਾ ਟੀਮ ਜਿਹੜੀ ਜਲਾਲਪੁਰ ਹੈ ਨੀ ਗੀ ਜਲਾਲਪੁਰ ਆ ਗਈ ਆ ਠੀਕ ਹੈ ਜੀ ਭਾਜੀ ਲਓ ਇਹ ਆ ਕਹਿੰਦੇ ਨੌਜਵਾਨ ਗੱਭਰੂ ਵਿੱਕੀ ਉਦੋਂ ਵਾਲੀ ਆ ਉਦੋਂ ਵਾਲੀ ਆ ਵਿੱਕੀ ਨੇ ਕਹਿੰਦੇ ਬਹੁਤ ਟੌਪ ਦਾ ਜੱਫਾ ਲਾਇਆ ਹੈ ਤੇ ਸਮਾਪਤੀ ਜਿਹੜੀ ਇਸੇ ਮੁਕਾਬਲੇ ਦੀ ਹੋ ਚੁੱਕੀ ਹੈ ਲੈ ਵੀ ਮੰਗਿਆ ਥੱਕ ਤਾਂ ਨਹੀਂ ਗਿਆ ਮੰਗਾ ਸਾਡਾ ਵੀਰ ਸਕੋਰਰ ਦੀ ਵੱਡੀ ਸੇਵਾ ਦੇ ਰਿਹਾ ਹੈ ਸ਼ਾਹਪੁਰ ਦੀ ਟੀਮ ਜਿਹੜੀ ਜੇਤੂ ਟੀਮ ਰਹੀ ਹੈ ਲੈ ਵੀ ਪਿੰਦਿਆ ਨੋਟ ਕਰਨੇ ਸ਼ਾਹਪੁਰ ਦੀ ਟੀਮ ਰਵੀ ਸਿੱਧੂ ਜੀ ਨਾਲ ਸਾਡੇ ਢਿੱਲੋਂ ਸਾਹਿਬ ਬੈਠੇ ਹੈ ਨੋਟ ਕਰ ਦਿਓ ਸ਼ਾਹਪੁਰ ਦੀ ਟੀਮ ਜਿਹੜੀ ਜੇਤੂ ਟੀਮ ਰਹੀ ਹੈ ਇੱਧਰ ਸਤਿਕਾਰਯੋਗ ਸਾਡੇ ਬਜ਼ੁਰਗ ਜਿਹੜੇ ਨੂਰ ਮਹਿਲ ਦੇ ਲਾਗੇ ਤੋਂ ਮੇਰੇ ਪੰਜਾਬੀ ਵੀਰੋ ਕਹਿੰਦੇ ਬਿਲਕੇ ਦੀ ਧਰਤੀ ਤੋਂ ਚੇਚੇ ਤੌਰ ਦੇ ਉੱਤੇ ਜਿਹੜੇ ਪੁੱਜੇ ਹੋਏ ਹੈ 70 ਸਾਲ ਦੀ ਜਿਹਨਾਂ ਦੀ ਕਹਿੰਦੇ ਉਮਰ ਹੈ ਅਤੇ ਜਿਹਨਾਂ ਨੇ ਮੇਰੇ ਵੀਰੋ 120 ਸੈਕਿੰਡ ਸਿਰ ਦੇ ਪੁੱਠਾ ਭਾਰ ਕਹਿੰਦੇ ਖੜੇ ਹੋ ਕੇ ਜਿਹੜੇ ਡੰਡ ਬੈਠ ਕੇ ਵੀ ਲਾਉਣਗੇ ਤੇ ਬਾਜ਼ੀਆਂ ਵੀ ਜਿਹੜੀ ਮਾਰਨਗੀ ਇਹ ਬਜ਼ੁਰਗ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿੱਤੀਆਂ ਜਾਣ ਮੇਰੀ ਬੇਨਤੀ ਹੈ ਜ਼ੋਰਦਾਰ ਤਾੜੀਆਂ ਮਾਰ ਦਿਓ ਇਹ ਮਾਲਵੇ ਦੇ ਵਿੱਚ ਵੀ ਕਹਿੰਦੇ ਪੁੱਜਦੇ ਹੁੰਦੇ ਆ ਵੱਡੇ ਕੱਪਾਂ ਦੇ ਉੱਤੇ ਲਓ ਜਿਹਨਾਂ ਨੇ ਕਹਿੰਦੇ ਵੱਖਰਾ ਕਰਤੱਵ ਵੱਖਰਾ ਜਿਹਾ ਈਵੈਂਟ ਕਹਿੰਦੇ ਗਰਾਊਂਡ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਨਾ ਹੈ ਬਹੁਤ ਲੰਮਾ ਸਮਾਂ ਇਹਨਾਂ ਨੇ ਇਸੇ ਤਰ੍ਹਾਂ ਜਿਹੜੇ ਖੜੇ ਰਹਿਣਾ ਹੈਲੋ ਹਾਂਜੀ ਆਪਾ ਜੀ ਦੁਕਾਨੇ ਹੈਗੇ ਕਹਿੰਦੇ ਢਾਲੀਵਾਲ ਬੇਟ ਵੀ ਇਹ ਭਾਜੀ ਦੋਨੇ ਟੀਮਾਂ ਹੀ ਕਰਤੀਆਂ ਸਾਡੇ ਕੋਲ ਹੁਣ ਆਏ ਉਹ ਦੁੱਗਾ ਵੀ ਕਰ ਦਿੱਤੀ ਢਾਲੀਵਾਲ ਬੇਟ ਵੀ ਕਰ ਦਿੱਤੀ ਆ ਸੰਧੂ ਚੱਠਾ ਸਿੰਦਰਾ ਠੀਕ ਹੈ ਜੀ ਜਨੇਰ ਵਾਲਾ ਮਨਜੀਤ ਕਹਿੰਦਾ ਵੀ 81 ਟੀਮਾਂ ਪਹੁੰਚ ਚੁੱਕੀਆਂ ਇੱਥੇ ਕੱਪ ਦੇ ਉੱਤੇ ਦੁੱਗਾਂ ਦੀ ਟੀਮ ਗਰਾਊਂਡ ਵਿੱਚ ਹੈ ਤੇ ਇਹਦੀ ਵਿਰੋਧੀ ਟੀਮ ਜਿਹੜੀ ਢਾਲੀਵਾਲ ਬੇਟ ਵੀ ਉਧਰ ਬਾਬਾ ਜੀ ਮਿਲ ਗਏ ਪਿੰਡ ਦੁੱਗਾਂ ਦੇ ਜਿਹੜੇ ਪੁੱਜੇ ਹੋਏ ਆ ਗਰਮੀ ਬਹੁਤ ਹੈ ਲੈ ਵੀ ਬਾਪੂ ਬੱਸ ਕਰ ਹੁਣ ਲੱਤਾਂ ਥੱਲੇ ਲਾ ਲਾ ਕਿਤੇ ਜਹਾਜ਼ ਦੇ ਫਰਨਾ ਢਾ ਦੀ ਉੱਤੇ ਨੂੰ ਲੱਤਾਂ ਕਰੀਆਂ ਨੇ ਬਜ਼ੁਰਗ ਜਿਹੜੇ ਪੁੱਜੇ ਹੋਏ ਹੈ ਬਹੁਤ ਬਹੁਤ ਧੰਨਵਾਦ ਹੈ ਬਜ਼ੁਰਗਾਂ ਦਾ ਕਿ ਬਹਿ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ ਤੇਲ ਸ਼ਰੋਂ ਦਾ ਮੁਸ਼ਕ ਮਾਰਦਾ ਚਾਚੇ ਵਰਗੇ ਜੈਲਾਂ ਲਾਉਂਦੇ ਨੇ ਬਹਿ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਹੈ ਉਧਰ ਐਨ ਬਾਬੇ ਦਾ ਕਹਿੰਦੇ ਪੂਰਾ ਫਿੱਟ ਸਰੀਰ ਹੈ ਦੁੱਗਾਂ ਦੀ ਟੀਮ ਨਾਲ ਕਿਹੜੀ ਟੀਮ ਦਾ ਮੈਚ ਹੈ ਜੀ ਬਾਬੂ ਭਾਜੀ ਹਾਂਜੀ ਬਾਬਾ ਜੀ ਪਹੁੰਚ ਗਏ ਨੇ ਸਾਡੇ ਕੋਲ ਉਧਰ ਬਹੁਤ ਬਹੁਤ ਧੰਨਵਾਦ ਪਿੰਦਾ ਜੀ ਮੈਂ ਕੱਲ ਗਰਾਊਂਡ ਵਿੱਚੋਂ ਬੋਲਿਆ ਸਾਂ ਵੀ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਜ਼ਰੂਰ ਕਰਕੇ ਆਵਾਂਗੇ ਅਸੀਂ ਸਵੇਰੇ ਜਾ ਕੇ ਆਏ ਹਾਂ ਚਾਰੇ ਜਾਣੇ ਬਹੁਤ ਅਸੀਂ ਇੰਤਜ਼ਾਰ ਕੀਤਾ ਬਾਬਾ ਜੀ ਅੰਦਰ ਸਨ ਪਾਠ ਕਰ ਰਹੇ ਸਨ ਪਰ ਬਾਬਾ ਜੀ ਦੇ ਦਰਸ਼ਨ ਜਿਹੜੇ ਅੱਜ ਆਪਾਂ ਜਿੱਦਾਂ ਕੱਲ ਵੀ ਕੀਤੇ ਉਸੇ ਤਰ੍ਹਾਂ ਅੱਜ ਵੀ ਮੇਰੇ ਵੀਰੋ ਬਾਬਾ ਜੀ ਬਿਲਕੁਲ ਸਮੇਂ ਸਿਰ ਕਹਿੰਦੇ ਇਸੇ ਧਰਤੀ ਉੱਤੇ ਪਹੁੰਚ ਚੁੱਕੇ ਨੇ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਜਿਨ੍ਹਾਂ ਨੇ ਉਦਘਾਟਨ ਵੀ ਕੀਤਾ ਕਹਿੰਦੇ ਇਸੇ ਕੱਪ ਦਾ ਤੇ ਬਹੁਤ ਵੱਡੇ ਕਹਿੰਦੇ ਯੋਗਦਾਨ ਬਹੁਤ ਵੱਡੀ ਅਪਾਰ ਕਿਰਪਾ ਜਿਹਨਾਂ ਦੀ ਇਸ ਭੇਟਾਂ ਦੇ ਕਹਿੰਦੇ ਨਗਰ ਦੇ ਉੱਤੇ ਹੈ ਉਚੇਚੇ ਤੌਰ ਦੇ ਉੱਤੇ ਬਹੁਤ ਬਹੁਤ ਧੰਨਵਾਦ ਕਿ ਸਾਧੂ ਰਹਿੰਦੇ ਜੱਗ ਤੇ ਬਗਾਨੇ ਬਣ ਕੇ
होंगे हीरिया तो महंगे रेंदे आने बनकी होंगे हीरिया तो महंगे रेंदे आने बनकी श्रीमान संत बाबा दया सिंह का इतने पुजन दिते समुची स्पोर्ट्स क्लब उचेचे तौर दे बहुत बहुत धन्यवाद निघी जिया आखरी है दुगां दे नाल मैच कि टीम का जी धालीवाल बेट का धालीवाल बेट की टीम टीम कर दी है पूनिया रेड बारे जलालपुर का मैच होगा हम दोनों का ही दुगां दा कि टीम नाल जी मैच दस्यो उधर स्टेज ते श्रीमान संत बाबा दया सिंह जी टाली साहब वाले छेवे पातशाह श्री गुरु हरगोबिंद साहब जी महाराज से उन्हां दी चरणा दी छो प्राप्त धरती है ते इस इलाके ते कहिंदे वड्डी अपार कृपा गुरु महाराज की बलेर खानपुर पिंड दे विच कहिंदे रोड दे उपर एन गुरद्वारा स्थित आ गुरद्वारा टाली साहब लवी बबू एक गुरद्वारा टाली आणा साहब रायकोट जिथे कहिंदे दुध की दात जिहड़ी बख्शी जांदी आ दसम पिता श्री गुरु गोबिंद सिंह जी महाराज ते उन्हां दी कहिंदे चरणा दी छो प्राप्त धरती रायकोट की गल आ ते बलेर खानपुर ते इधर खेड मैदान दे विच मैच जिहड़ा शुरू हो रहा हैपी पलवान का भी बहुत बहुत धन्यवाद आ ते हरविंदर सिंह जी नौनी साडा वीर दवाई दे विच बैठा वैस्ट ट्रेडर दे जाफी दे लई गुरदां जिहड़ियां ओह मान सम्मान दे विच दित्तियां जाणगियां ते 10,000 आ जिहड़ा ओह हरविंदर सिंह साना सरदार गुरजीत सिंह जी इन्हां वीरां दे वल्लों जिहड़ा 10,000 रुपए मान सम्मान दे विच दित्ते जाणगे इधर सोखा बिल्ली भुल्लर वाला भी कबड्डी का स्टार जिहड़ा ओह खेड मैदान दे विच पुज चुके आ जिहड़े कबड्डी खिडारी खेड मैदान दे विच पुज रहे आ भावें कोई दर्शक आ सारियां दा इत्थे पुजण ते प्रबंधक कमेटी वल्लों जीआ नूं आख्या जा रहा भी कोई वीर जिहड़ा उह दरगाह वाली साइड ते ना जावे क्योंकि उधर बीबियां जिहड़ियां उह सेवा कर रहियां फिर बाद दे विच प्रबंधकां ने बोलना बेनती आ भी कोई भी दर्शक जां कोई खिडारी उधरली साइड ते ना जावे बहुत बहुत धन्नवाद आ सारे वीरां दा मंगे जिहड़ी टीम भेटा पिंड वाली साइड ते खेड रही है वह टीम कहिंदे जलालपुर पिंड दी है पाले का मशहूर किया हुआ पिंड ते कहिंदे गुरलाल का भावें सिंधड़ा पिंड सी ते उहनूं भी कहिंदे जलालपुर के नां दे नाल जाणिया गया ते दूजी साइड ते जिहड़ी टीम है पूनिया रेड़मा की टीम है जी खेतों वाली साइड से खेल रही है पूनिया रेड़मा ते जलालपुर पिंड का मैच इस वेले भेटा की खेड मैदान के शुरू होने लग्या बड़ा तगड़ा मैच होगा इधर पहली कबड्डी पाउण दे लई नौजवान धावी इस वेले हैरी जलालपुर वाला कहिंदे खेड मैदान दे विच बधिया होया हैरी उच्चा लम्मा गभरू इस वेले जलालपुरिया कबड्डी पाउण दे लई बधिया होया पूनिया रेड़मा पिंड दे जाफी चार इस वेले हैरी उत्ते किहड़ा नौजवान वार करके कहिंदे जफा लावेगा आ वेखो जलालपुरिया एन फिट शरीर वाला खेड मैदान दे विच कबड्डी पा के पॉइंट आ जिहड़ा अपनी टीम दे हिस्से दे विच जोड़दा होया इधर नौजवान पूनिया रेड़मा वाला कहते रवि खेड मैदान के कबड्डी पा रहा एक आलो आल ढेरिया का सामने स्टॉप लाइन के सोखा कहते बिल्ली भुल्लर वाला ते नाल पोले वर्गे जाफी चार है आ वेखो नौजवान इस वेले पॉइंट आ जिहड़ा अपनी टीम के हिस्से के जोड़दा होया अगली कबड्डी पाउण दे लई नौजवान जलालपुर वाला खेड मैदान के बढ़ता होया ते बब्बू खन्ने वाला गल करू
हेलो ला बहुत टॉप का कहिंदे मुकाबला इस वेले जिहड़ा शुरू हो चुकिया है। दोनों पिंडां दी मैं गल करां कहिंदे बहुत बड़ा नाम है कबड्डी दे खेत्र दे विच दोनों पिंडां दा। एक पासे कहिंदे कबड्डी दे क्लोज फाइटर दा पिंड है जलालपुर पिंड मेरे पंजाबी वीरो। दुनिया भर दे विच कहिंदे जिस खिडारी दा सिक्का चलदा खेड कबड्डी विच। दूजे पासे कहिंदे पूनिया रेणमा पिंड भी बड़ा मशहूर है पर सफलता कहिंदे कदम जमदी हुई। इह नौजवान गभरू पीता इस वेले पॉइंट जिहड़ा जलालपुर दी टीम दे हिस्से जोड़दा होया आ खिडारी दी मैं अखां वल निगाह मारी ते कहिंदे अखां तों बिल्ला मेरे पंजाबी वीरो। ते खिडारी नूं मैं पुछा भी तेरा नां की है ते कहिंदा नां भी मेरा बिल्ला ही है। इह आ कहिंदे बिल्ला पूनिया रेणमा दी धरती दा मैदान दे विच पौंदा होया कबड्डी। एक पासे कहिंदे सोखा बिल्ली भुल्लर वाला है आ जाफी कहिंदे ओह जाफी है जिहड़ा जो कुछ चाहे कहिंदे ओह कुछ कर सकदा है। क्योंकि जिहड़े संगरूर दे विच कहिंदे गुरमीत मंडियां वाले कप ते कहिंदे नौजवान ने मेरे वीरो मोटरसाइकिल जितया ते दुनिया दवानी कर दित्ती सै। जिहड़े कप ते कहिंदे अठ टीम आल ओपन दीआं खेडीआं सोखा बिल्ली भुल्लर वाला कहिंदे उसे कप दा जिहड़ा बेस्ट जाफी रहा मेरे पंजाबी वीरो। लो पूनिया वाला उच्चे नवे कद वाला नौजवान गभरू हुण वेखो कहिंदे शरने नूं जफा ला पाऊगा ते नहीं। लो संधु जट्ठे पिंड वाला शरना नौजवान इस वेले जलालपुर की टीम के हिस्सी पॉइंट लेके वापस जाता होया। उधर जलालपुरिया पाला सरदार सोहन सिंह का पुत्र वह भी कहिंदे कबड्डी 365.com के नाल कनेडा विच बैठा कहिंदे लाइव जुड़िया होया दे कप दे नाल। जलालपुर के पाले का नाम है दुनिया भर के विच। आ देखो कहिंदे सिख सरदार गभरू यह है कहिंदे रवि नौजवान पूनिया रेणमा वाला है निमे दे नाल कहिंदे टच कर गई रवि पूनिया रेणमा की धरती का इस लई पॉइंट लेके वापस जांदा होया। अगली कबड्डी पाउण दे लई हैरी जलालपुर वाला कहिंदे खेड मैदान दे विच बधिया होया। दर्शक वीरो पूरे पंजाब दे विच 11 पिंडां दा नां कहिंदे जलालपुर है पर जिहड़ा जलालपुर कहिंदे पाले ने मशहूर किया ते उहदे पिंड दा धावी इस वेले हैरी खेड मैदान दे विच कबड्डी पा रहा। पूनिया रेणमा पिंड कहिंदे अंग्रेज वर्गे कबड्डी खिडारियों का पिंड ते उह वेखो हैरी इस वेले चढ़दी जी उम्र दा कि चढ़दी वरेस मुंडा खेडदा कबड्डी होवे खा के खुराक लाउंदा धरती ना अड्डी होवे। फिर आखदे सियाणे गल सोने ते सुहागे वाली खेड है कबड्डी लोको पहले पहले दाबे वाली खेड है कबड्डी लोको पहले पहले दाबे वाली। बिले ने धावा बोल दिता सोखा बिल्ली भुल्लर दा ते पोला जलालपुर दा आ जाफी कहिंदे खेडदा बाबा सुखचैन दास कबड्डी क्लब शाहकोट की टीम का जाफी इस वेले उच्चे लंबे कद वाला ऐदा दे जफे कहिंदे चूड़ चकिए पप्पू ने भी लाया ते भैणी बड़िंग दे नोने दे जफे नूं भी दुनिया याद करदी आ ते आ सोखे ने जफा ला दिता। भाई जे जफे दा स्वाद आया कि ताड़ी मार दो जोरदार। हेलो भैया ताली वाल वेट भी कर दी अही लल्लियां गलां भी कर दी सज्जन वाल तो दुगा ना मैच होगा। ठीक है जी बहुत बहुत धन्यवाद है। सोखे ने जफा लाया तो दुनिया ने कहते स्वागत किया ताड़िया मार के कबड्डी के उस बड़े मल का। लो मैदान आप देखिए यह कहते पीता नौजवान गभरू जलालपुरिया मेरे पंजाबी वीरो हेलो जलालपुर की टीम का खिडारी पीता। दूजे पासे कहते पंडतां का मुंडा मेरे पंजाबी वीरो पंडित के तौर पर कहते जाने जाता है कोशिश करता हुआ जफा लाने की पर सफलता पीते दी कहते कदम जमदी हुई। लो अगली कबड्डी रवि कहते फिर पा रहे हैं एक तौडे एरिया का माण है कहते रवि सिदमा वाला जड़े खिडारी ने कहते इसे साल भेटा वाले नेके दे नाल मिलके कहते तकड़ी खेड जी कनेडा के खेड सीजन कहते दिखाई है। आ भी नौजवान उसे का सरनामी है पूरा फिट शरीर है यह है कहते रवि नौजवान गभरू पूनिया रेणमा की टीम के इसे पॉइंट जोड़ता होया। संधु चट्ठा पिंड है कहते इसे नौजवान का मेरे पंजाबी वीरो हैप्पी भलवान भेटा वाला है साडा यार दुबई के बैठा कहते लाइव जुड़िया होया कप के नाल जड़ा ऐलान करता पिंदा भाजी हैप्पी भलवान कहिंदा भी अगले साल बेस्ट रेडर अते बैट जाफी दे लई कहिंदे हैप्पी भलवान दे वल्लों मेरे पंजाबी वीरो 11,000 रुपया जड़ा बेस्ट रेडर ते बैट जाफी नूं दित्ता जाएगा। हैप्पी भलवान का बहुत बहुत धन्यवाद है साडे यार का। जलालपुर की टीम इसे मैच की जिहड़ी जेतू टीम रही है जी जरूर नोट कर लियो जलालपुर की टीम जिहड़ी जेतू टीम रही है। पिंदा जी अगला मैच किहड़ियां टीमां दा प्लीज जरूर बोलियो। दुग्गा सज्जन वाल दा जी दुग्गा दी टीम प्लीज जल्दी दे नाल खेड मैदान दे विच पहुंच जावे। दुग्गा दी टीम जलालपुर दी टीम इस चलदे मैच दे विचों विनर आ 80 दे करीब जिहड़ियां पिंड पद्धर दीआं टीमां च भेटां दे विच पहुंच चुकियां। जेतू केड़ी जलालपुर दी टीम जलालपुर ओके जी।
जलालपुर की टीम जी जेतू टीम रही है, दोनों टीम अगले मुकाबले प्लीज जल्दी के नाल ग्राउंड पहुंच जाए। दोगां दी टीम है निगाह मारदा ग्राउंड वालों कहने जी पुजी जा रही है, उत्थी साडा बहुत सरकार योग वीर है कहिंदे अमन दोगां वाला, वह भी साडा भरा उचेचे तौर दे उत्ते कहिंदे पुजा होया दे कप दे उत्ते। अमृत दोगां वाला दा कहिंदे पिंड है, अमृत दोगां वाले ने कहिंदे ऑपरेशन करवाया होया मेरे पंजाबी वीरू, चार महीने जिहड़े हो गए कहिंदे ऑपरेशन करवाए नूं, एक दो महीने की कहिंदे रैसट जिहड़ी हो रहा है, उस तो बाद कबड्डी दे उसे खिलाड़ी ने भी इन्हां खेड ग्राउंडां विच कहिंदे बहुत जल्द जिहड़ी वापसी कर लेनी है। ग्यारह हजार रुपया अगले साल बेस्ट रेडर दे लई कहिंदे साडे वीर हैप्पी भलवान दे वल्लों दित्ता जाणा है, अते ग्यारह हजार बेस्ट जाफी दे लई हरविंदर सिंह नोनी साडा वीर, दोनों वीर कहिंदे दवाई दे विच ते कहिंदे ट्राले चलाउंदे आ साडे वीर कि जी टी रोड ते चलदे देख ट्राले यारां दे, असी खेड कौड़ी दे शौकी लोको भुखे प्यारां दे, खेड कौड़ी दे शौकी लोको भुखे प्यारां दे, साडे वीर हैप्पी होनी अते नाल हरविंदर सिंह नोनी कहिंदे दुबई दे विच वसदे है। ग्यारह ग्यारह हजार अगले साल कहिंदे दित्ता जाएगा जिन्हां साडे वीरां दे वल्लों बेस्ट रीडर अते बैट जाफी दे लई। लो मुकाबला शुरू कर दी आपां, जिहड़ी टीम स्टेज दे सज्जे वाले पासे खेड रही है ਉਹ ਟੀਮ ਕਹਿੰਦੇ ਪਿੰਡ ਸੱਜਣਵਾਲ ਦੀ ਆ ਤੇ ਦੂਜੀ ਸਾਈਡ ਤੇ ਜਿਹੜਾ ਦੁੱਗਾ ਪਿੰਡ ਆ ਤੇ ਇਧਰ ਖੇਡ ਮੈਦਾਨ ਦੇ ਵਿੱਚ ਦੁੱਗਾ ਵਾਲਾ ਨੌਜਵਾਨ ਧਾਵੀ ਇਸ ਵੇਲੇ ਮਨਜੋਤ ਸਿੰਘ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਮਸਤੂਆਣਾ ਸਾਹਿਬ ਦੇ ਲਾਗੇ ਕਹਿੰਦੇ ਦੁੱਗਾ ਪਿੰਡ ਖੁਸ਼ੀ ਦਾ ਪਿੰਡ ਆ ਕਬੱਡੀ ਖਿਡਾਰੀ ਮਹਾਨ ਕਹਿੰਦੇ ਦੁੱਗਾ ਵਾਲਾ ਖੁਸ਼ੀ ਤੇ ਫਗਵਾੜੇ ਦੇ ਲਾਗੇ ਅਮਨ ਦੁੱਗਾ ਵਾਲਾ ਕਹਿੰਦੇ ਆਲ ਇੰਡੀਆ ਟੀਮਾਂ ਬਣਾਉਂਦਾ ਉਹ ਵੀ ਸਾਡਾ ਭਰਾ ਜਿਹੜਾ ਇੱਥੇ ਕਬੱਡੀ ਬਿੱਟੂ ਭੋਲੇ ਵਾਲੀ ਦੀ ਬਦੌਲਤ ਤੇ ਦੁੱਗਾ ਵਾਲੇ ਜਾਫੀ ਨੇ ਕਹਿੰਦੇ ਤਕੜਾ ਜਫਾ ਲਾ ਕੇ ਇਸ ਵੇਲੇ ਪੁਆਇੰਟ ਆ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਤਿੰਨ ਜਾਫੀ ਆ ਸੱਜਣਵਾਲ ਦੀ ਟੀਮ ਦੇ ਇੱਕ ਕਹਿੰਦੇ ਕੈਨੇਡਾ ਦੀ ਸਰਕਾਰ ਨੇ ਰੱਖਿਆ ਮੰਤਰੀ ਉਹ ਵੀ ਇੱਕ ਪੰਜਾਬੀ ਨੂੰ ਉਹਦਾ ਦਿੱਤਾ ਸਰਦਾਰ ਸੱਜਣ ਸਿੰਘ ਨੂੰ ਤੇ ਇਧਰ ਖੇਡ ਮੈਦਾਨ ਦੇ ਵਿੱਚ ਨੌਜਵਾਨ ਇਸ ਵੇਲੇ ਕਬੱਡੀ ਦੁੱਗਾ ਵਾਲਾ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਔਰ ਫੜਿਆ ਗੁੱਟ ਛੜਾਇਆ ਗੁੱਟ ਤੇ ਪੁਆਇੰਟ ਵੀ ਕਹਿੰਦੇ ਦੁੱਗਾ ਦੀ ਟੀਮ ਦੇ ਹਿੱਸੇ ਵਿੱਚ ਜਾ ਜੁੜਿਆ। ਸੱਜਣਵਾਲ ਦੀ ਟੀਮ ਦੇ ਖਿਡਾਰੀ ਥੋੜੇ ਨਵੇਂ ਲਗੋੜਾ ਸੰਧੂ ਚੱਠਾ ਸਿੰਦਰਾ ਸੰਧੂ ਚੱਠਾ ਸਿੰਦਰਾ ਭੇਟਾ ਦੇ ਬਣੋ ਇਸ ਮੈਚ ਤੋਂ ਬਾਅਦ ਜਨੇਰ ਤੇ ਚਮਿਆਰੇ ਦਾ ਮੈਚ ਆ ਬਈ ਦੋਨੇ ਟੀਮਾਂ ਤਿਆਰ ਆ ਜਨੇਰ ਵਾਲੇ ਲਓ ਮੈਦਾਨ ਦੇ ਵਿੱਚ ਵੇਖੋ ਕਹਿੰਦੇ ਇਹ ਆ ਪ੍ਰੀਤ ਨੌਜਵਾਨ ਦੁੱਗਾਂ ਵਾਲਾ ਪ੍ਰੀਤ ਦੁੱਗਾਂ ਵਾਲੇ ਨੇ ਕਹਿੰਦੇ ਇਸ ਵੇਲੇ ਲਾ ਸਿਰੇ ਦਾ ਜਫਾ ਤੇ ਅੰਕ ਜਿਹੜਾ ਆਪਣੀ ਟੀਮ ਦੇ ਸੇ ਜੋੜ ਦਿੱਤਾ ਹੈ। ਅਮਨ ਦੁੱਗਾਂ ਵਾਲਾ ਸਾਡਾ ਵੀਰ ਕਹਿੰਦੇ ਚੇਚੇ ਤੌਰ ਦੇ ਉੱਤੇ ਪੁਜਾਇਆ ਹੈ ਪਿਛਲੇ ਸਾਲ ਕਹਿੰਦੇ ਕੈਨੇਡਾ ਦੇ ਵਰਲਡ ਕੱਪ ਦੇ ਵਿੱਚ ਮੇਰੇ ਪੰਜਾਬੀ ਵੀਰੋ ਅਮਰਤ ਦੁੱਗਾਂ ਵਾਲੇ ਨੇ ਕਹਿੰਦੇ ਦੜਵੇ ਦੇ ਸੰਦੀਪ ਲੋਧਰ ਨੂੰ ਵਰਲਡ ਕੱਪ ਦੇ ਕਹਿੰਦੇ ਮੇਰੇ ਵੀਰੋ ਮੈਚ ਵਿੱਚ $1600 ਦਾ ਕਹਿੰਦੇ ਜਫਾ ਜਿਹੜਾ ਲਾਇਆ ਕਬੱਡੀ ਜਿਸ ਮਹਾਨ ਖਿਡਾਰੀ ਦਾ ਕਹਿੰਦੇ ਪਿੰਡ ਹੈ ਜਿਹਦੀ ਯਾਰੀ ਕਹਿੰਦੇ ਹਰੀ ਕਿਆਂ ਵਾਲੇ ਵਿੱਕੀ ਦੇ ਨਾਲ ਹੈ। ਵਾਹਿਗੁਰੂ ਮਿਹਰ ਕਰੇ ਇਹ ਯਾਰੀਆਂ ਕਹਿੰਦੇ ਇਸੇ ਤਰ੍ਹਾਂ ਜਿਹੜੀਆਂ ਬਣੀਆਂ ਰਹਿਣ ਉਹ ਬਾਓਏ ਗੱਭਰੂਆ। ਇੱਕ ਪਾਸੇ ਕਹਿੰਦੇ ਭਲਵਾਨ ਵਿੱਚ ਅੰਨੀ ਜਾਨ ਹੈ ਮੇਰੇ ਪੰਜਾਬੀ ਵੀਰੋ ਲਾ ਦੂਜੇ ਪਾਸੇ ਦੁੱਗਾਂ ਵਾਲਾ ਹੈ ਇੱਕ ਦੁੱਗਾਂ ਇਹ ਪਿੰਡ ਹੈ ਤੇ ਇੱਕ ਜ਼ਿਲ੍ਹੇ ਸੰਗਰੂਰ ਦਾ ਕਹਿੰਦੇ ਦੁੱਗਾ ਪਿੰਡ ਕਬੱਡੀ ਦੇ ਕਹਿੰਦੇ ਪ੍ਰਿੰਸ ਦੇ ਤੌਰ ਤੇ ਜਾਣਿਆ ਜਾਂਦਾ ਖੁਸ਼ੀ ਦੁੱਗਾਂ ਵਾਲਾ ਖੁਸ਼ੀ ਦਾ ਪਿੰਡ ਵੀ ਦੁੱਗਾਂ ਤੇ ਇਹ ਦੁੱਗਾਂ ਪਿੰਡ ਕਹਿੰਦੇ ਇਸ ਏਰੀਏ ਦਾ ਮੇਰੇ ਵੀਰੋ ਫਗਵਾੜੇ ਏਰੀਏ ਦਾ। ਲਓ ਮੈਦਾਨ ਦੇ ਵਿੱਚ ਆਪਾਂ ਵੇਖੀ ਮਨਜੋਤ ਸਿੰਘ ਕਹਿੰਦੇ ਪਾਉਂਦਾ ਹੋਇਆ ਕਬੱਡੀ ਕਿ ਲੜ ਲੱਗ ਗੁਰੂ ਦੇ ਤਾਪ ਵਿੱਚ ਸਿੱਖਣੇ ਪੈਂਦੇ ਨੇ ਕਿ ਰਹਿਣਾ ਪੈਂਦਾ ਉਹਨਾਂ ਅਸੂਲਾਂ ਤੇ ਜੋ ਕੋਚ ਹੈ ਕਹਿੰਦੇ ਨੇ ਕਿ ਜ਼ਰੂਰੀ ਹੈ ਖਿਡਾਰੀ ਲਈ ਨਿਮਰਤਾ ਤੇ ਪਿਆਰ ਮਿੱਤਰੋ ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਬਾਕੀ ਸਟਾਰ ਬਣਨ ਦੇ ਲਈ ਕਹਿੰਦੇ ਬਹੁਤ ਵੱਡੀ ਮਿਹਨਤ ਜਿਹੜੀ ਕਰਨੀ ਪੈਂਦੀ ਹੈ। ਲਓ ਦੁੱਗਾਂ ਵਾਲਾ ਹੁਣ ਵੇਖੋ ਕਹਿੰਦੇ ਕਿਹੋ ਜਿਹੀ ਕਮਾਲ ਕਰੇਗਾ ਜਫਾ ਲਾ ਪਾਊਗਾ ਤਾਂ ਨਹੀਂ ਗੱਲਾਂ ਸਮੇਂ ਦੀਆਂ ਹੋਣਗੀਆਂ। ਲਓ ਤੀਆਂ ਸਕਿੰਟਾਂ ਵਿੱਚੋਂ ਮੇਰੇ ਪੰਜਾਬੀ ਵੀਰੋ ਕੁਝ ਪਲ ਬੀਤ ਗਏ ਤੇ ਕੁਝ ਕਹਿੰਦੇ ਬੀਤਣ ਵਾਲੇ ਹੈ ਇੱਕੋ ਜਿਹਾ ਸਰੀਰ ਹੈ ਕਹਿੰਦੇ ਦੋਨੋਂ ਨੌਜਵਾਨਾਂ ਦਾ ਉਹ ਇਹ ਹੈ ਕਹਿੰਦੇ ਦੁੱਗਾਂ ਦੀ ਟੀਮ ਦਾ ਖਿਡਾਰੀ ਜਿਸ ਗੱਭਰੂ ਨੇ ਅੰਕ ਦਾ ਵਾਧਾ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਇਸ ਮੈਚ ਦੇ ਵਿੱਚੋਂ ਨੋਟ ਕਰ ਲਿਓ ਜੀ ਦੁੱਗਾਂ ਦੀ ਟੀਮ ਜਿਹੜੀ ਜੇਤੂ ਰਹੀ ਹੈ
ਦੁੱਗਾਂ ਦੀ ਟੀਮ ਢਿੱਲੋਂ ਜੀ ਅਸੀਂ ਮੈਚ ਦੀ ਜੇਤੂ ਟੀਮ ਰਹੀ ਹੈ ਜ਼ਰੂਰ ਜਿਹੜਾ ਨੋਟ ਕਰ ਲਿਓ ਰੰਮਾ ਕੈਨੇਡਾ ਗੇਂਦਾ ਕੈਨੇਡਾ ਸਾਡੇ ਸਾਬਕਾ ਸਰਪੰਚ ਸਾਹਿਬ ਨੇ ਪ੍ਰਦੋਮਨ ਸਿੰਘ ਜੀ ਸਟੇਜ ਦੇ ਉੱਤੇ ਬੈਠੇ ਨੇ ਕਹਿੰਦੇ ਆਨੰਦ ਮਾਣਦੇ ਨੇ ਖੇਡ ਕਬੱਡੀ ਦਾ ਜਿਹਨਾਂ ਨੂੰ ਫਤਿਹ ਬੁਲਾਉਣੇ ਇੱਧਰੋਂ ਗਰਾਊਂਡ ਦੇ ਵਿੱਚੋਂ ਤੇ ਨਾਲ ਸਾਡੇ ਬਾਬਾ ਜੀ ਬੈਠੇ ਜਿਹਨਾਂ ਦੋਨੋਂ ਹੱਥ ਜੋੜ ਕੇ ਫਤਿਹ ਬੁਲਾਉਣੇ ਹੈ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੀ ਜਿਹੜੀ ਬਿਲਕੁਲ ਸਮੇਂ ਸਿਰ ਕਹਿੰਦੇ ਪਹੁੰਚ ਚੁੱਕੇ ਨੇ ਅੱਜ ਦੇ ਕੱਪ ਦੇ ਉੱਤੇ ਰੰਮਾ ਕੈਨੇਡਾ ਗੇਂਦਾ ਕੈਨੇਡਾ ਅਤੇ ਸਾਡਾ ਵੀਰ ਗੇਂਦਾ ਗਰੀਸ ਵਾਲਾ ਜਿਸ ਖਿਡਾਰੀ ਨੇ ਪਿਛਲੇ ਸਾਲ ਇਸੇ ਗਰਾਊਂਡ ਵਿੱਚ ਕਹਿੰਦੇ ਬਹੁਤ ਤਕੜੇ ਜਫੇ ਜਿਹੜੇ ਭੇਟਾਂ ਦੀ ਟੀਮ ਵੱਲੋਂ ਲਾਏ ਹੈ ਗੇਂਦਾ ਗਰੀਸ ਮਹਿੰਦਾ ਗਰੀਸ ਦੇ ਨਾਲ ਸੁੱਖ ਗਰੀਸ ਮੰਗਲ ਸਿੰਘ ਜੀ ਗਰੀਸ ਕਬੱਡੀ 365.com ਦੇ ਨਾਲ ਇਹ ਸਾਰੇ ਸਾਡੇ ਵੀਰ ਜਿਹੜੇ ਉਚੇਚੇ ਤੌਰ ਦੇ ਉੱਤੇ ਕਹਿੰਦੇ ਵਿਦੇਸ਼ਾਂ ਦੇ ਵਿੱਚ ਬੈਠੇ ਜੁੜੇ ਹੋਏ ਹੈ ਇਹ ਸਾਰੀ ਰੱਬ ਰੂਪੀ ਸਾਧ ਸੰਗਤ ਆਪਾਂ ਜਿਹੜੇ ਇੱਥੇ ਪੁੱਜੇ ਹੈ ਜਿਹੜੇ ਨਹੀਂ ਪੁੱਜ ਸਕੇ ਉਹ ਕਬੱਡੀ 365.com ਦੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲਓ ਅਗਲਾ ਮੁਕਾਬਲਾ ਜਿਹੜਾ ਆਪਾਂ ਬਹੁਤ ਜਲਦ ਸ਼ੁਰੂਆਤ ਕਹਿੰਦੇ ਇਸੇ ਮੁਕਾਬਲੇ ਦੀ ਜਿਹੜੀ ਹੋਵੇਗੀ ਬਹੁਤ ਜਲਦੀ ਦੇ ਨਾਲ ਮੁਕਾਬਲਾ ਆਪਾਂ ਜਿਹੜਾ ਕਰਵਾਉਣ ਲੱਗੇ ਹੈ ਚਮਿਆਰਾ ਤੇ ਜਨੇਰ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜਿਹੜਾ ਮੁਕਾਬਲਾ ਸ਼ੁਰੂ ਹੋਣ ਲੱਗਿਆ ਚਮਿਆਰਾ ਪਿੰਡ ਕਹਿੰਦੇ ਪਿੰਦਰ ਕਬੱਡੀ ਦਾ ਸਟਾਰ ਜਿਸ ਨੌਜਵਾਨ ਨੇ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਵੀ ਇਸ ਖੇਡ ਦੇ ਵਿੱਚ ਕਮਾਲ ਪਾਈਆਂ ਤੇ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਨਿਕੂ ਤੇ ਗੁਲਜਿੰਦਰ ਗਗਨ ਕੈਨੇਡਾ ਰੰਮਾ ਕੈਨੇਡਾ ਤੇ ਮਾਨੀ ਚੰਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਹਿਲੀ ਕਬੱਡੀ ਪਾਉਣ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਤੇ ਜਨੇਰ ਪਿੰਡ ਮੇਰਾ ਖਿਆਲ ਜ਼ਿਲ੍ਹੇ ਮੋਗਾ ਤੇ ਚਾਰਾਂ ਵਿੱਚੋਂ ਕਿਹੜਾ ਇਸ ਵੇਲੇ ਕਾਕੇ ਦੀ ਪੈਂਦੀ ਕਬੱਡੀ ਤੇ ਜਫਾ ਲਾਵੇਗਾ ਆਹ ਵੇਖੋ ਪੁਆਇੰਟ ਇਸ ਵੇਲੇ ਚਮਿਆਰੇ ਵਾਲੇ ਨੌਜਵਾਨ ਧਾਵੀ ਨੇ ਕਹਿੰਦੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਵੇਲੇ ਜਨੇਰ ਪਿੰਡ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੁਣ ਜਾਫੀ ਚਾਰ ਆ ਚਮਿਆਰੇ ਪਿੰਡ ਦੇ ਅਤੇ ਪੁਆਇੰਟ ਜਿਹੜਾ ਉਹ ਜਨੇਰ ਵਾਲੇ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਵਿੱਚ ਜੋੜਤਾ ਤੇ ਅਗਲੀ ਕਬੱਡੀ ਫਿਰ ਕਾਕਾ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਇੱਕ ਕਾਰੀ ਪਿੰਡ ਵਾਲਾ ਵੀ ਕਹਿੰਦੇ ਕਾਕਾ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਸ੍ਰੀ ਸੰਤ ਬਾਬਾ ਸਤਾਲ ਸਿੰਘ ਜੀ ਦੀ ਬਹੁਤ ਵੱਡੀ ਕਿਰਪਾ ਉਸ ਇਲਾਕੇ ਤੇ ਸ੍ਰੀਮਾਨ ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ ਉਹ ਵੀ ਅੱਜ ਕਬੱਡੀ ਕੱਪ ਤੇ ਚੇਚੇ ਤੌਰ ਤੇ ਪੁੱਜੇ ਆ ਤੇ ਕਦੇ ਗੱਲਾਂ ਹੁੰਦੀਆਂ ਇਹਨਾਂ ਕਬੱਡੀ ਸਟਾਰਾਂ ਦੀਆਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਲਵੀ ਨਾ ਪਹੁੰਚਦਾ ਹੈ ਪੁਆਇੰਟ ਧਾਵੀ ਦਾ ਜਾਂ ਜਾਫੀ ਦਾ ਪੁਆਇੰਟ ਕਹਿੰਦੇ ਜਾਫੀ ਦੇ ਹਿੱਸੇ ਵਿੱਚ ਜਾ ਜੁੜਿਆ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਧਾਵੀ ਇਸ ਵੇਲੇ ਗੋਰਾ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਗੋਰੇ ਦਾ ਬੋਲਿਆ ਹੋਇਆ ਧਾਵਾ ਉਧਰ ਸੁਰਖਪੁਰ ਦਾ ਜੋਧਾ ਵੀ ਕਹਿੰਦੇ ਕਬੱਡੀ ਖਿਡਾਰੀ ਜਿਹੜਾ ਭੇਟਾਂ ਪਿੰਡ ਦੇ ਵਿੱਚ ਪੁੱਜ ਚੁੱਕਿਆ ਵੀ ਲਾਊ ਜਫੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਤੇ ਪਰ ਗੋਰਾ ਜਿਹੜਾ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਹਾਂਜੀ ਪਿੰਦਾ ਜੀ ਸੰਧੂ ਜੱਟਾ ਸਿੰਦਰਾ ਬਾਈ ਸੰਧੂ ਜੱਟਾ ਸਿੰਦਰਾ ਸੰਧੂ ਜੱਟਾ ਸਿੰਦਰਾ ਅਗਲਾ ਮੈਚ ਤੁਹਾਡਾ ਭਾਜੀ ਉਹ ਬਈਆ ਸ਼ਬੀਲ ਵਾਲਿਆਂ ਨੇ ਗਲਾਸ ਦੇ ਜਾਓ ਯਾਰ ਉਹਨਾਂ ਦੇ ਉਹ ਵਿਹਲੇ ਬੈਠੇ ਵਿਚਾਰੇ ਸਾਰੇ ਤੁਸੀਂ ਕੋਲ ਹੀ ਰੱਖੀ ਜਾਣੇ ਆ